ਪੰਜਾਬ ਵਜ਼ਾਰਤ ਦੇ ਵਿੱਚ ਵਜ਼ੀਰ ਰਹਿਣ ਤੋਂ ਬਾਅਦ ਓਪੀ ਸੋਨੀ ਹੋਰਾਂ ਦੀ ਤਰੱਕੀ ਹੋਈ ਹੈ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਇਸ ਵੇਲੇ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਤਾਂ ਸੋਨੀ ਸਾਹਿਬ ਇਸ ਨਵੀਂ ਜ਼ਿੰਮੇਵਾਰੀ ਦੀ ਮੁਬਾਰਕਬਾਦ ਥੈਂਕ ਯੂ ਮਿਹਰਬਾਨੀ ਥੈਂਕ ਯੂ ਜੀ ਇਹਦੀ ਖੁਸ਼ੀ ਜ਼ਿਆਦਾ ਹੈ ਜਾਂ ਚਿੰਤਾ ਜ਼ਿਆਦਾ ਨਹੀਂ ਬਖੂ ਖੁਸ਼ੀ ਤੇ ਇਹ ਤੇ ਹੈਗੀ ਹੈਗੀ ਹੈ ਜੀ ਇਹਦੇ ਜੇ ਕੋਈ ਧੋੜ ਹੈ ਰਹੀ ਹੈ ਖੁਸ਼ੀ ਤੇ ਹੈਗੀ ਹੈਗੀ ਹੈ ਜੀ ਦਮ ਕਰਨ ਦਾ ਮੌਕਾ ਫੇਰ ਦੁਬਾਰਾ ਮਿਲਿਆ ਅਸਿਕ ਤੁਹਾਡਾ ਕਹਿ ਰਿਹਾ ਸੀਗਾ ਕਿ ਅਸੀਂ ਮੁੱਦਿਆਂ ਦੀ ਲੜਾਈ ਲੜੀ ਹੈ ਮੁੱਦਿਆਂ ਦੀ ਲੜਾਈ ਤੋਂ ਬਾਅਦ ਹੀ ਮੁੱਖ ਮੰਤਰੀ ਉਪ ਮੁੱਖ ਮੰਤਰੀ ਤੇ ਪ੍ਰਸ਼ਾਸਨਿਕ ਫੇਰ ਬਦਲ ਹੋ ਰਿਹਾ ਮੈਂ ਇਸੇ ਕਰਕੇ ਪੁੱਛਿਆ ਸੀਗਾ ਵੀ ਚੁਣੌਤੀ ਤੇ ਜ਼ਿੰਮੇਵਾਰੀ ਜ਼ਿਆਦਾਤ ਨਹੀਂ ਮਹਿਸੂਸ ਹੋ ਰਹੀ ਕਿਉਂ ਪਹਿਲਾਂ ਇਕੱਲੇ ਵਜ਼ੀਰ ਸੀਗੇ ਹੁਣ ਵਜ਼ੀਰਾਂ ਨੂੰ ਵੀ ਨਾਲ ਸਾਹਮਣਾ ਦੇਖੋ ਬੜੀ ਵੱਡੀ ਕਾਂਨਦ ਸਾਈ ਕੁਮਾਰ ਨੇ ਜੁਮਿਹਰੀ ਦਿੱਤੀ ਆ ਪੰਜਾਬ ਦੀ ਸੇਵਾ ਦੀ ਸੋ ਮੈਂ ਅੱਗੇ ਵੀ ਵਿਸ਼ਵਾਸ ਰੱਖਿਆ ਕਿ ਅੱਗੇ ਵੀ ਕੰਮ ਕੀਤਾ ਬਤੌਰ ਮਿਨਿਸਟਰ ਮੈਂ ਤੇ 30 ਸਾਲ ਤੋਂ ਕਰ ਰਿਹਾ ਮੈਂ ਆਪਣੀ ਸ਼ੁਰੂਆਤ ਕੀਤੀ ਸੀ ਕਾਉਂਸਲਰੀ ਤੋਂ ਕਾਉਂਸਲਰ ਬਣਿਆ ਫਿਰ ਮੇਅਰ ਬਣਿਆ ਫਿਰ ਆਲ ਇੰਡੀਆ ਕਾਉਂਸਲਰ ਮੇਅਰ ਦਾ ਚੇਅਰਮੈਨ ਬਣਿਆ ਸੋ ਪਰਮਾਤਮਾ ਦੀ ਅੱਜ ਤੱਕ ਕਿਰਪਾ ਹੀ ਰਹੀ ਹੈ ਜਿੰਨੇ ਲੈਕਚਰ ਲੜੇ ਨੇ ਲੋਕਾਂ ਨੇ ਪਿਆਰ ਕੀਤਾ ਲੱਗਦਾ ਵੀ ਇਹ ਜਿਹੜੀ ਵਾਅਦੇ ਜਿਹੜੇ ਕੀਤੇ ਗਏ ਸੀਗੇ ਲੋਕਾਂ ਨਾਲ ਬੇਅਦਬੀ ਦੇ ਇਨਸਾਫ ਬਰਗਾੜੀ ਬਾਬਲ ਖਲਾ ਕੋਟਪੁਰਾ ਗੋਲੀकांड ਦਾ ਇਨਸਾਫ ਉਹ 4 ਮਹੀਨੇ ਰਹਿੰਦੇ ਦੇ ਵਿੱਚ ਮਿਲ ਪਊਗਾ ਵੇਖੋ ਜੀ ਜਿੰਨੇ ਵੀ ਸਾਡੀ ਸਰਕਾਰ ਨੇ ਵਾਅਦੇ ਕੀਤੇ ਨੇ ਸਾਡੀ ਕੋਸ਼ਿਸ਼ ਆ ਕਿ ਉਹ ਇਹਨਾਂ 5 ਸਾਲਾਂ 'ਚ ਪੂਰੇ ਹੋਣ ਆਦੇ ਰਹਿ ਗਏ ਦੇ 15 20% ਉਹ ਵਾਅਦੇ ਜਿਹੜੇ ਨੇ ਅਸੀਂ ਇਸ ਟਾਈਮ 'ਚ ਪੂਰੇ ਕਰਨੇ ਨੇ ਸੋਨੀ ਸਾਹਿਬ ਵਿਰੋਧੀ ਕਹਿ ਰਹੇ ਨੇ ਜਿਹੜੀ ਪ੍ਰਸ਼ਾਸਨਿਕ ਫੇਰ ਬਦਲ ਹੋ ਰਹੇ ਨੇ ਉਹ ਸਿਰਫ ਤੇ ਸਿਰਫ ਇੱਕੋ ਤਰਸ ਤੇ ਹੋ ਰਹੇ ਨੇ ਕਿ ਵਿਰੋਧੀਆਂ ਨੂੰ ਕਿਵੇਂ ਅੰਦਰ ਦਿੱਤਾ ਜਾਵੇ ਅੱਜ ਹੀ ਨਵੀਂ ਜਿਹੜੀ ਹੋਈ ਹੈ ਆਈਪੀਐਸ ਇਕਬਾਲ ਸਿੰਘ ਸਹੋਤਾਹਰਾ ਨੂੰ ਡੀਜੀਪੀ ਦਾ ਚਾਰਜ ਦਿੱਤਾ ਗਿਆ ਇਹ ਸਾਰੇ ਫੇਰ ਬਦਲ ਕਿਉਂ ਹੋ ਰਹੇ ਨੇ ਪ੍ਰਿੰਸੀਪਲ ਸੈਕਟਰੀ ਹੋਰ ਸਾਰੇ ਬਦਲ ਵੇਖੋ ਬਦਲੀਆਂ ਦੇ ਹੁੰਦੀਆਂ ਰਹਿੰਦੀਆਂ ਸਰਕਾਰਾਂ ਬਦਲੀਆਂ ਦੇ ਘਰਦੀਆਂ ਨੇ ਸੋ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਕੋਈ ਕੰਮ ਜਿਹੜਾ ਐਵੇਂ ਨਹੀਂ ਭੜਕੇ ਅੰਦਰ ਦਿੱਤਾ ਜਾ ਸਕਦਾ ਜਿੰਨਾ ਚਿਰ ਕਾਨੂੰਨ ਜਿਹੜਾ ਉਹ ਪ੍ਰੋਸੈਸ ਪੂਰਾ ਨਹੀਂ ਹੋ ਜਾਂਦਾ। ਮਨਿੰਦਰ ਸਿੰਘ ਨਵੀਂ ਟੀਮ ਨੂੰ ਚੁਣੌਤੀ ਦੇ ਰਿਹਾ ਹੈ ਕਿ ਹੁਣ ਤੱਕ ਤੁਸੀਂ ਕਹਿੰਦੇ ਸੀਗੇ ਬਾਦਲਾਂ ਦੇ ਅੰਦਰ ਦਿਓ ਅੰਦਰ ਢੱਕੋ ਹੁਣ ਤੁਸੀਂ ਕਰਕੇ ਦਿਖਾਓ। ਕੋਈ ਗੱਲ ਨਹੀਂ ਜੀ ਐਵੇਂ ਸਾਰਾ ਕੁਝ ਠੀਕ ਹੋ ਜਾਣਾ। ਤੁਸੀਂ ਫਿਕਰ ਨਾ ਕਰੋ। ਸਭ ਠੀਕ ਰਹੇਗਾ। ਅਭੀ ਇਹ ਕੋਈ ਗੱਲ ਨਹੀਂ। ਅਛਾ ਸੋਨੀ ਸਾਹਿਬ ਜਿਹੜੀ ਰਾਜਪਾਲ ਨਾਲ ਅੱਜ ਤੁਸੀਂ ਮਿਲੇ ਹੋ ਅਖੀਰ ਦੇ ਵਿੱਚ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਜਿਹੜੇ ਤੁਹਾਡੇ ਸਾਥੀ ਵਿਧਾਇਕ ਸੀਗੇ ਰਾਜਕੁਮਾਰ ਵੇਰਕਾ ਪ੍ਰਗਟ ਸਿੰਘ ਰਾਜਾ ਵੜਿੰਗ ਉਹਨਾਂ ਨੂੰ وزارت ਦੇ ਵਿੱਚ ਜਗ੍ਹਾ ਮਿਲੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੇਖੋ ਜਿਹੜੀ ਵੀ ਕਾਂਗਰਸ ਹਾਈ ਕਮਾਨ ਨੇ ਲਿਸਟ ਦੇਣੀ ਆ ਕਿਉਂਕਿ ਸਾਡਾ ਕੋਈ ਵੀ ਫੈਸਲਾ ਹੁੰਦਾ ਹੈ ਉਹ ਕਾਂਗਰਸ ਹਾਈ ਕਮਾਂਡ ਕਰਦੀ ਹੈ। ਦੇਖਿਆ ਸਭ ਨੂੰ ਵੀ ਵਿਜ਼ਾਰ ਵਿੱਚ ਸ਼ਾਮਲ ਕਰ ਲਿਆ ਘਰੇ ਭੰਗੜੇ ਪੈ ਰਹੇ ਆ, ਬਰਫੀਆਂ ਵੰਡੀਆਂ ਜਾ ਰਹੀਆਂ ਨੇ, ਲੱਡੂ ਇੱਕ ਦੂਜੇ ਦੇ ਮੂੰਹ 'ਚ ਪਾਏ ਜਾ ਰਹੇ ਆ। ਬਹੁਤ ਵਧੀਆ ਗੱਲ ਹੈ ਜੀ ਜੇ ਉਹਨਾਂ ਨੂੰ ਜੋ ਵੈਰੀ ਮਿਲਦੀ ਆ ਤੇ ਉਹ ਵੀ ਬੜੇ ਸਾਡੇ ਯਾਰੂ ਲੀਡਰ ਨੇ। ਨਵੇਂ ਬਣੇ ਉਪ ਮੁੱਖ ਮੰਤਰੀ ਓਪੀ ਸੋਨੀ ਜਿਹੜੇ ਕਿ तमाम ਮਸਲੇ ਦੇ ਉੱਤੇ ਗੱਲਬਾਤ ਕਰ ਰਹੇ ਸੀ ਕੈਮਰਾਮੈਨ ਤਰਮਵੀਰ ਦੇ ਨਾਲ ਨਵਜੋਤ ਸਿੰਘ ਢਾਲੀਵਾਲ ਜੀ ਮੀਡੀਆ ਚੰਡੀਗੜ੍ਹ। ਤੇ ਆਜਖਮਾਰ ਬੇਰਕਾ ਨੂੰ ਵਿਧਾਇਕ ਤੋਂ ਬਾਅਦ ਹੁਣ ਵਜ਼ੀਰ ਬਣਾ ਦਿੱਤਾ ਗਿਆ ਜੀ ਪੰਜਾਬ ਰਹਿਣ ਹਿਮਾਚਲ ਨਾਲ ਗੱ ਚਰਚਾ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੇ ਫੈਸਲੇ